ਰੈਕਟ ਦਾ ਪੁਲਿਸ ਨੇ ਪਰਦਾਫਾਸ਼ ਕੀਤਾ, ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਜੋ ਕਿ ਓਮੈਕਸ ਮਾਲ ਦੇ ਵਿੱਚ ਜੋ ਗੋਰਖ ਧੰਦਾ ਜੋ ਸੈਕਸ ਰੈਕਟ ਦੇ ਨਾਮ 'ਤੇ ਚਲਾਇਆ ਜਾ ਰਿਹਾ ਸੀ, ਪੁਲਿਸ ਨੇ ਇਸ ਮਾਮਲੇ ਦੇ ਵਿੱਚ ਤਕਰੀਬਨ 6 ਲੜਕੀਆਂ ਨੂੰ ਕਾਬੂ ਕੀਤਾ। ਸਤਿ ਸ਼੍ਰੀ ਅਕਾਲ ਜੀ, ਅੱਜ ਅਸੀਂ ਖੜ੍ਹੇ ਹਾਂ ਪਟਿਆਲਾ ਦੇ ਵਿੱਚ, ਜਿੱਥੇ ਕਿ ਓਮੈਕਸ ਮਾਲ ਦੇ ਬਾਹਰ ਅੰਦਰ ਦੇ ਵਿੱਚ ਇੱਕ ਅਜਿਹੀਆਂ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਿਹਾ ਜਿੱਥੇ ਕਿ ਸੈਕਸ ਰੈਕਟ ਦਾ ਪੁਲਿਸ ਨੇ ਪਰਦਾਫਾਸ਼ ਕੀਤਾ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਨੇ ਕਾਰਵਾਈ ਕਰਦੇ ਹੋਏ ਜਿੱਥੇ ਕੁੜੀਆਂ ਨੂੰ ਕਾਬੂ ਕੀਤਾ, ਉੱਥੇ ਹੀ ਜੋ ਇਸ ਸਪਾ ਨੂੰ ਚਲਾ ਰਹੀ ਸੀ ਉਸ ਦੇ ਕੁਛ ਮੈਂਬਰਾਂ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕੀਤਾ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਪੁਲਿਸ ਆਪਣੀ ਕਾਰਵਾਈ ਕਰਦੀ ਹੋਈ, ਸ਼ਾਹੀ ਸ਼ਹਿਰ ਪਟਿਆਲਾ ਦੀ ਪੁਲਿਸ, ਜੋ ਕਿ ਓਮੈਕਸ ਮਾਲ ਦੇ ਵਿੱਚ ਜੋ ਗੋਰਖ ਧੰਦਾ ਜੋ ਸੈਕਸ ਰੈਕਟ ਦੇ ਨਾਮ 'ਤੇ ਚਲਾਇਆ ਜਾ ਰਿਹਾ ਸੀ, ਪੁਲਿਸ ਨੇ ਇਸ ਮਾਮਲੇ ਦੇ ਵਿੱਚ ਤਕਰੀਬਨ 6 ਲੜਕੀਆਂ ਨੂੰ ਕਾਬੂ ਕੀਤਾ। ਅਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਐਕਸਕਲੂਸਿਵ ਤਸਵੀਰਾਂ D5 ਚੈਨਲ ਪੰਜਾਬੀ ਤੁਹਾਡੇ ਤੱਕ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ। ਜੀ, ਇੱਕ ਵਾਰ ਤੁਹਾਨੂੰ ਫਿਰ ਤੋਂ ਦੱਸ ਦਈਏ, ਤਸਵੀਰਾਂ ਇਹ ਓਮੈਕਸ ਮਾਲ ਪਟਿਆਲਾ ਦੇ ਬਿਲਕੁਲ ਬਾਹਰ ਦੀਆਂ ਨੇ, ਜਿੱਥੋਂ ਪੁਲਿਸ ਨੇ ਇਹਨਾਂ ਨੂੰ ਕਾਬੂ ਕੀਤਾ। D5 ਚੈਨਲ ਪੰਜਾਬੀ ਦੀ ਟੀਮ ਵੱਲੋਂ ਖਬਰ ਨੂੰ ਪ੍ਰਮੁੱਖਤਾ ਦੇ ਨਾਲ ਨਸ਼ਰ ਕੀਤਾ ਗਿਆ ਸੀ, ਜਿਸ ਦੇ ਚੱਲਦਿਆਂ ਪੁਲਿਸ ਨੇ ਇੱਕ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ। ਮੁੱਖ ਮੰਤਰੀ ਦੇ ਸ਼ਹਿਰ ਦੀ ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ, ਜਿਸ ਦੇ ਵਿੱਚ ਹਾਂਜੀ ਸਰ, ਕਿੰਨੀਆਂ ਲੜਕੀਆਂ ਨੂੰ ਸਰ ਜੋ ਇੱਥੇ ਗੋਰਖ ਧੰਦਾ ਚੱਲ ਰਿਹਾ ਸੀ, ਕੌਣ ਕੌਣ ਇਹਦੇ ਵਿੱਚ ਸ਼ਾਮਲ? ਇਹ ਸਾਰੀਆਂ ਚੀਜ਼ਾਂ ਤਸਦੀਕ ਕਰਨ ਤੋਂ ਬਾਅਦ ਇਹਦੇ ਬਾਰੇ ਅਸੀਂ ਖੁਲਾਸਾ ਕਰਾਂਗੇ। ਸੋ SHO ਸਾਹਿਬ ਜੋ ਤਸਦੀਕ ਦਾ ਕਹਿਣ ਦੀ ਗੱਲ ਕਹਿ ਰਹੇ ਨੇ, ਸੋ ਫਿਲਹਾਲ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਇਸ ਮਾਮਲੇ ਦੇ ਵਿੱਚ ਹਾਸਲ ਕੀਤੀ ਹੈ। ਕੈਮਰਾ ਪਰਸਨ ਨਿਮਿਸ਼ ਦੇ ਨਾਲ ਕ੍ਰਿਸ਼ਨ ਸਿੰਘ, D5 ਚੈਨਲ ਪੰਜਾਬੀ, ਪਟਿਆਲਾ।